लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਤੁਸੀਂ ਖੁਸ਼ ਰਹੇ ਹੋ ਵਧਾਈ ਖੁਸ਼ ਰਹੇ ਲੈਂਦੇ ਆ ਭੰਡ ਲੈਂਦੇ ਆ ਢੋਲ ਵਜਾਉਣ ਵਾਲੇ ਲੈਂਦੇ ਆ ਵਧਾਈ ਤੁਸੀਂ ਉਹ ਨਾ ਜਾਓ ਸਾਹਿਬ ਨੂੰ ਪੁੱਛਿਆ ਵੀ ਸਾਹਿਬ ਤੁਹਾਡੀ ਸੈਲਰੀ ਕਿੰਨੀ ਆ ਸਾਹਿਬ ਮੇਰੀ ਐਮ ਪੀ ਬੇਰੀ ਸਾਹਿਬ ਨੇ ਦੱਸਿਆ ਮੇਰੀ ਸੈਲਰੀ 1.5 ਲੱਖ ਤੋਂ ਪਲੱਸ ਆ 1.5 ਲੱਖ ਰੁਪਈਆ ਜੇ ਇਹ ਇਹਨਾਂ ਦੇ ਬੱਚੇ ਪਰਿਵਾਰ ਫੈਮਿਲੀ ਖਰਚਣ ਲੱਗੇ ਤੇ ਇੱਕ ਮਹੀਨੇ ਦੇ ਨਹੀਂ ਖਰਚਿਆ ਜਾ ਸਕਦਾ ਰਿਸ਼ਵਤ ਲੈਣ ਵਾਲੇ ਦਾ ਭਾਂਡਾ ਫੋੜਿਆ ਉਹ ਵੀ ਲਾਈਵ ਹੋ ਕੇ ਤੁਸੀਂ ਵੀ ਦੇਖੋ ਇਹ ਵੀਡੀਓ ਆਪਣੀ ਤਨਖਾਹ ਦੇ ਉੱਤੇ ਬੱਚੇ ਪਾਲਣਾ ਸਿੱਖੋ ਨਹੀਂ ਮੰਨੇ ਤੁਸੀਂ ਮੈਂ ਇੱਕ ਛੋਟਾ ਜਿਹਾ ਸਵਾਲ ਕਰਨਾ ਤੁਹਾਨੂੰ ਟਿਊਸ਼ਨ ਬੋਰਡ ਦੇ ਵਿੱਚ ਜਾਣਾ ਤਾਂ ਸਾਨੂੰ ਤੁਹਾਡਾ ਡਾਇਰੈਕਟਰ ਆਫ ਫੈਕਟਰੀ ਦਾ ਨਕਸ਼ਾ ਪਾਸ ਚਾਹੀਦਾ ਅਸੀਂ ਬੈਂਕ ਦੇ ਲੋਨ ਲੈਣ ਜਾਣਾ ਬੈਂਕ 'ਤੇ ਜਾਣਾ ਤਾਂ ਸਾਨੂੰ ਨਕਸ਼ਾ ਚਾਹੀਦਾ ਸਾਨੂੰ ਫੈਕਟਰੀ ਲਾਇਸੈਂਸ ਉਦੋਂ ਮਿਲਣਾ ਜਦੋਂ ਤੁਸੀਂ ਨਕਸ਼ਾ ਪਾਸ ਕਰਕੇ ਦੇਣਾ ਤੁਸੀਂ ਮੇਰੀ ਗੱਲ ਨੂੰ ਪੂਰੀ ਸੁਣਦਾ ਲਓ ਮੇਰੀ ਗੱਲ ਨੂੰ ਕਿ ਕਿੰਨੇ ਮਹਿਕਮੇ ਪੋਲਿਊਸ਼ਨ ਬੋਰਡ ਬਿਜਲੀ ਬੋਰਡ ਲੇਬਰ ਫੈਕਟਰੀ ਕਿੰਨੇ ਮਹਿਕਮੇ ਚੁੰਬੜਿਆ ਸੇਲ ਟੈਕਸ ਇਨਕਮ ਟੈਕਸ ਕਿੰਨੇ ਮਹਿਕਮੇ ਚੁੰਬੜਿਆ ਇੰਡਸਟਰੀ ਨੂੰ ਫਿਰ ਤੁਹਾਡੇ ਦਿਮਾਗ 'ਚ ਆਇਆ ਨਹੀਂ ਵੀ ਇਹ ਸਾਡੇ ਅਸਲ ਦੇ ਵਿੱਚ ਆਉਂਦਾ ਤਾਂ ਨਹੀਂ ਲੁਧਿਆਣੇ ਦਾ ਲੁਧਿਆਣੇ ਦਾ ਇੰਡਸਟਰੀ ਲਿਸਟ ਕੀ ਹੈ ਸਭ ਤੋਂ ਵੱਡਾ ਰੈਵਨਿਊ ਦਿੰਦਾ ਜਾਂ ਨਹੀਂ ਦਿੰਦਾ ਸਭ ਤੋਂ ਵੱਡਾ ਰੈਵਨਿਊ ਦਿੰਦਾ ਪਰ ਤੁਸੀਂ ਫਿਰ ਨਹੀਂ ਸਮਝਦੇ ਵੀ ਉਸ ਰੈਵਨਿਊ 'ਚ ਤੁਹਾਨੂੰ ਤਨਖਾਹਾਂ ਮਿਲਦੀਆਂ 1.5 ਲੱਖ ਰੁਪਈਆ ਇੱਥੇ ਪੈਸਾ ਕੱਢਿਆ ਤਾਂ ਨਹੀਂ ਇਹ ਗਿਣ ਕੇ ਪਾਏ ਸੀ ਕਿੰਨੇ ਸੀ ਪੈਸੇ ਬੇਟਾ ਇਹ ਤੇਰੇ ਕੋਲ ਨੋਟ ਦੀ ਫੋਟੋ ਸਟੇਟ ਕੀਤੀ ਦਿਖਾਓ ਜੀ ਬਾਰਾਂ ਦੂਣਾ 24 ਇੱਕ 25 ਆ ਤੇਰੇ ਕੋਲ ਫੋਟੋ ਸਟੇਟਸ ਨੇ ਸਰ ਹੁਣ ਦੱਸੋ ਤੁਹਾਡਾ ਕੀ ਕਰੀਏ ਸਰ ਪਲੀਜ਼ ਇੱਦਾਂ ਮਾਫ਼ੀ ਵੀ ਵੱਡੇ ਹੋ ਮੇਰੇ ਤੋਂ ਵੱਡੇ ਹੋ ਪਲੀਜ਼ ਇੱਦਾਂ ਨਾ ਕਰੋ ਤੁਸੀਂ ਨਾ ਮੇਰੀ ਗੱਲ ਸੁਣੋ ਤੁਸੀਂ ਰਿਸ਼ਵਤ ਨਾ ਲਓ ਆਪਣੀ ਨੀਂਦ ਸੌਵੋਗੇ ਆਪਣੀ ਦੇਸ਼ ਭਗਤੀ ਲੈਓ ਦੇਸ਼ ਭਗਤੀ ਦੋਸਤੋ ਕਿਉਂ ਤੁਸੀਂ ਸੱਤਿਆਨਾਸ ਕਰੋ ਕਿੱਡੀ ਵੱਡੀ ਪੋਸਟ ਆ ਤੁਹਾਡੀ ਡਾਇਰੈਕਟਰ ਆਫ ਫੈਕਟਰੀਜ਼ ਮੂੰਹ ਭਰ ਜਾਂਦਾ ਡਾਇਰੈਕਟਰ ਆਫ ਫੈਕਟਰੀਜ਼ ਕਹਿਣ ਤੁਸੀਂ ਕਦੇ ਸੋਚਿਆ ਕਿੰਨਾ ਪੜ੍ਹੇ ਹੋ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਤੁਹਾਡੇ ਤੋਂ ਵੀ ਵੱਧ ਮਾਸਟਰ ਕੀਤੇ ਲੋਕ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਲੈ ਕੇ ਬੇਰੁਜ਼ਗਾਰ ਫਿਰਦੇ ਆ ਕਦੇ ਉਹਨਾਂ ਵੱਲ ਸੋਚਿਆ ਉਹਨਾਂ ਵੱਲ ਦੇਖਿਆ ਕਦੇ ਵੀ ਬੇਰੁਜ਼ਗਾਰ ਮੇਰੇ ਤੋਂ ਵੱਧ ਪੜ੍ਹੇ ਲਿਖੇ ਹੈਗੇ ਮੈਂ ਮੰਨ ਲਈ ਮੈਂ ਵੱਡਾ ਛੋਟਾ ਮੈਂ ਹੈਗਾ ਪਰ ਆਹ ਕਿਉਂ ਕਰਦਾ ਤੁਸੀਂ ਕੌਣ ਤੁਹਾਡੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਕੌਣ ਕੌਣ ਹੈਗਾ ਪ੍ਰਿੰਸੀਪਲ ਆਰ ਵੈਂਕਟਾ ਰਮਨ ਓਨਸਟ ਨੇ ਜਾਂ ਉਹਨਾਂ ਨੂੰ ਮਹੀਨਾ ਦਿੰਦੇ ਕਦੇ ਉਹਨਾਂ ਨੂੰ ਹਿੱਸਾ ਪੱਤੀ ਲੁਧਿਆਣੇ ਦੇ ਵਿੱਚ ਕਿਹੜੇ ਕਿਹੜੇ ਬੰਦੇ ਦੇ ਨਾਲ ਹਿੱਸਾ ਪੱਤੀ ਜੇ ਤੁਸੀਂ ਲੁਧਿਆਣੇ ਹੁੰਦੇ ਮੈਂ ਉਦੋਂ ਵੀ ਤੁਹਾਨੂੰ ਸਮਝਾਉਣ ਲਈ ਬਹੁਤ ਹੀ ਹਟ ਜਾਓ ਤੁਸੀਂ ਨਾਮ ਨਾਮ ਕਰੋ ਸਾਡੀ ਇੰਡਸਟਰੀ ਸਾਡੀ ਨਾ ਇੰਡਸਟਰੀ ਛੋਟੀ ਛੋਟੀ ਡੁੱਬਦੀ ਡੁੱਬਦੀ ਹੈ ਕਿੰਨੇ ਗਜ ਦੀ ਪ੍ਰੋਪਰਟੀ 500 ਗਜ 300 ਗਜ ਤੁਸੀਂ ਆਹ ਇੰਨੇ ਇੰਨੇ ਪੈਸੇ ਬਹੁਤ ਰਿਗਰੈਟ ਕਰੋ ਮੈਂ ਆਪਣਾ ਇੱਕ ਸਾਲ ਜਿਹੜਾ ਪੂਰਾ ਇਮਾਨਦਾਰੀ ਨਾਲ ਪੈਸੇ ਲੈ ਕੇ ਫ੍ਰੀ ਇਹ ਕਿਉਂ ਗਲਤੀ ਕੀਤੀ
ਬਹੁਤ ਤੁਸੀਂ ਪੈਸਾ ਬਣਾਇਆ, ਬਹੁਤ ਵੱਡਿਆ ਲੋਕਾਂ ਨੂੰ, ਇੰਨਾ ਇੰਡਸਟਰੀ ਨੂੰ ਵੱਡਿਆ, ਕਿੱਡਾ ਵੱਡਾ ਉਹਦਾ ਬੋਝ ਜੀ। ਇਹ ਸੌਦੇ ਦੀ ਗ੍ਰੇਸ ਤੇ ਗਰੀਬਾਂ ਇਮਾਨਦਾਰੀ ਨਾਲ ਵੱਧਦੀ ਆ, ਆਹ ਗੰਦ ਖਾਣ ਨਾਲ ਨਹੀਂ ਵੱਧਦੀ। ਚੰਡੀਗੜ੍ਹ ਜਾ ਕੇ ਵੀ ਦੋ ਤਿੰਨ ਵਾਰੀ ਜਾ ਕੇ ਮਿਲ ਕੇ ਆਇਆ ਜੀ, ਫਿਰ ਇੱਥੇ ਗੱਲ ਨੀ ਬੜੀ ਆ ਜੀ। ਇੱਕ ਮਿੰਟ ਦੱਸੋ ਭਾਜੀ, ਇੱਕ ਮਿੰਟ ਸਾਹਮਣੇ ਆ ਜੀ, ਨਾਲੇ ਪੈਸੇ ਲੈ ਕੇ ਚੱਲਦਾ, ਇਹ ਤੁਹਾਡੇ ਬੱਚਿਆਂ ਦੇ ਕੋੜ ਫੁੱਟਣਾ, ਤੁਹਾਡੀ ਔਲਾਦ ਜਿਹੜੀ ਹੈਗੀ ਆ ਕੋੜ ਹਟ ਜਾਓ ਤੁਸੀਂ, ਕਿਉਂ ਨੀ ਹਟਦੇ ਏਦਾਂ ਦੀਆਂ ਗੱਲਾਂ ਕਰਨੀ? ਅਫਸੋਸ ਹੁੰਦਾ ਆਪਣੇ ਤੌਰ ਤੇ, ਉਹ ਆਨੈਸਟ ਹੈ ਤੁਸੀਂ ਪੁੱਛ ਕੇ ਬੇਈਮਾਨ। ਤੁਹਾਨੂੰ ਕਿੰਨੀ ਦੇਰ ਪਹਿਲਾਂ ਕਾਲ ਗਈ ਸੀ ਮੇਰੇ ਵੱਲੋਂ, ਕਿੰਨੇ ਦਿਨ ਹੋ ਗਏ? ਮੇਰੇ ਵੱਲੋਂ ਕਾਲ ਗਈ ਸੀ ਕਿੰਨੇ ਦਿਨ ਪਹਿਲਾਂ ਗਈ ਸੀ ਦੱਸੋ? ਮਹੀਨਾ ਪਹਿਲਾਂ। ਮੈਂ ਤੁਹਾਨੂੰ ਰਿਕੁਐਸਟ ਕੀਤੀ, ਕਿਸੇ ਤੋਂ ਨਹੀਂ ਮੈਂ ਪੋਲਾਈਟਲੀ ਕਿਹਾ ਸੀ ਪੌਜੀ ਤੁਸੀਂ ਬਹੁਤ ਬੇਈਮਾਨ ਹੋ, ਹਟ ਜਾਓ ਤੁਸੀਂ ਬੇਈਮਾਨੀਆਂ ਕਰਨ ਨੂੰ ਕਿਹਾ ਸੀ ਨਾ ਤੁਹਾਨੂੰ? ਬੇਟਾ ਮਾਫੀ ਮੰਗਦੇ ਛੱਡਣੇ ਆ ਜਾਂ ਬੁਲਾਈ ਹੋਈ? ਰਿਗਰੈਟ ਕਰਦੇ ਹੋ ਇਹ ਮੰਨਦਾ, ਦੈਨ ਅਸੀਂ ਚੱਲ ਜਾਵਾਂਗੇ, ਤਾਂ ਤੋਂ ਬੰਦੇ ਬਣ ਕੇ ਰਹਿਣਾ, ਬੇਈਮਾਨੀ ਨਹੀਂ ਕਰਨੀ। ਬਿਲਕੁਲ ਨਹੀਂ ਕਰਾਂਗਾ, ਜਿੰਨੀ ਦੇਰ ਨੌਕਰੀ ਕਰਾਂ ਨਹੀਂ ਕਰਾਂਗਾ। ਵੀਰ ਮੇਰੀ ਦੱਸ, ਇੱਕ ਵੀ ਮੰਗਿਆ ਹੋਵੇ ਮੇਰੇ ਬੱਚੇ ਮੰਗ, ਪੈਂਤੀ ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ 25,000 ਰੁਪਏ ਚ ਸੌਦਾ ਤੈਅ ਹੋਇਆ। ਡਾਇਰੈਕਟਰ ਆਫ ਫੈਕਟਰੀ ਮਿਸਟਰ ਐਮ ਪੀ ਬੇਰੀ ਜਿਹੜੇ ਲੁਧਿਆਣਾ ਸ਼ਹਿਰ ਦੇ ਸਨਅਤਕਾਰਾਂ ਨੂੰ ਲੁੱਟਣਾ ਆਪਣਾ ਧਰਮ ਸਮਝਦੇ ਆ, ਡਾਂਗ ਦੇ ਨਾਲ ਲੁੱਟਦੇ ਆ। ਇਸ ਅਫਸਰ ਨੂੰ ਮੈਂ 1.5-2 ਮਹੀਨੇ ਪਹਿਲਾਂ ਕਾਲ ਕੀਤੀ ਸੀ, ਮੇਰੇ ਕੋਲ ਬਹੁਤ ਕੰਪਲੇਂਟਸ ਆਈਆਂ। ਇਹ ਇੰਡਸਟਰੀ ਦਾ ਨਕਸ਼ਾ ਪਾਸ ਕਰਨ ਦੇ ਹੈੱਡ ਹੈਗੇ ਆ ਡਾਇਰੈਕਟਰ ਆਫ ਫੈਕਟਰੀਜ਼। ਜੇ ਕਿਸੇ ਇੰਡਸਟਰੀਅਲਿਸਟ ਨੇ ਪੋਲੂਸ਼ਨ ਬੋਰਡ ਦੀ NOC ਲੈਣੀ ਆ, ਬਿਜਲੀ ਦਾ ਕਨੈਕਸ਼ਨ ਲੈਣਾ, ਬੈਂਕ ਤੋਂ ਕਰਜ਼ਾ ਲੈਣਾ, ਪਹਿਲਾਂ ਨਕਸ਼ਾ ਪਾਸ ਕਰਾਉਣਾ ਪਊਗਾ, ਫਿਰ ਫੈਕਟਰੀ ਲਾਇਸੈਂਸ ਮਿਲਣਾ। ਇਹ ਨਕਸ਼ਾ ਪਾਸ ਕਰਨ ਦਾ ਹੈੱਡ ਹੈ। 50,000, 35,000, 35,000 ਮੰਗਿਆ ਸੀ, 25 ਦੇ ਵੀ ਸੌਦਾ ਤੈਅ ਹੋਇਆ ਅਤੇ 25 ਜੇ ਸੌਦਾ ਤੈਅ ਹੋਣ ਤੋਂ ਬਾਅਦ ਅੱਜ ਕਿਹਾ ਸਾਹਿਬ ਨੇ ਮੈਂ ਲੁਧਿਆਣੇ ਆਉਣਾ, 10-20 ਮੁਰਗੇ ਇਕੱਠੇ ਕੀਤੇ ਹੋਣਗੇ ਵੱਢਣ ਵਾਸਤੇ, ਅਤੇ ਸ਼ੈਵਰਨ ਹੋਟਲ ਦੇ ਵਿੱਚੋਂ ਅਸੀਂ ਸਾਰੇ ਪੈਸੇ ਬਾਊ ਕੋਲੋਂ ਵਾਪਸ ਲਏ ਆ, ਮਾਫ਼ੀ ਮੰਗ ਰਹੇ ਆ, ਕਹਿੰਦਾ ਜੀ ਮੈਂ ਐਕਸਟੈਂਸ਼ਨ 'ਤੇ ਹਾਂ। ਇੱਕ ਸਾਲ ਦੀ ਮੈਨੂੰ 31 ਮਾਰਚ 2020 ਤੱਕ ਦੀ ਐਕਸਟੈਂਸ਼ਨ ਮਿਲੀ ਹੈ। ਸਰਕਾਰ ਬੇਈਮਾਨ ਲੋਕਾਂ ਨੂੰ ਐਕਸਟੈਂਸ਼ਨ ਦਿੰਦੀ ਆ, ਇਨਾਮ ਦੇ ਰਹੀ ਆ, ਅਵਾਰਡ ਕਰ ਰਹੀ ਆ, ਉਹਨਾਂ ਨੂੰ ਕਿੱਥੇ ਜਾਏਗਾ ਸਾਡਾ ਇੰਡਸਟਰੀਅਲਿਸਟ? ਲੁਧਿਆਣੇ ਦੇ ਇੰਡਸਟਰੀਅਲਿਸਟ GST, ਨੋਟਬੰਦੀ ਦੀ ਮਾਰ, ਬਿਜਲੀ ਬੋਰਡ, ਇਨਕਮ ਟੈਕਸ, ਸੇਲ ਟੈਕਸ, ਪੋਲੂਸ਼ਨ ਬੋਰਡ, ਕਿੰਨੀਆਂ ਜੋਕਾਂ ਚਿੰਬੜੀਆਂ ਨੇ। ਮੇਰਾ ਖਿਆਲ ਆ ਪੈਸੇ ਜਿਹੜੇ ਇੱਕ ਦਿਨ 'ਚ ਲੈ ਚੱਲਿਆ ਸੀ, ਇਹ ਦੋਸਤ 2 ਮਹੀਨਿਆਂ 'ਚ ਨਹੀਂ ਕਮਾ ਸਕੂਗਾ। ਸੋ ਇਹ ਕਰਪਸ਼ਨ ਦੇ ਵਿਰੁੱਧ ਡਰਾਈਵ ਸਾਡੀ ਲੋਕਨ ਸਾਹਿਬ ਪਾਰਟੀ ਦਾ ਇੱਕ ਪ੍ਰਿੰਸੀਪਲ ਹੈਗਾ, ਸਿਧਾਂਤ ਆ, ਅਸੀਂ ਇਹ 'ਤੇ ਤੁਰਿਆ। ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ, ਦਿਓ ਨਾ ਕਿਸੇ ਨੂੰ। ਕਈ ਵਾਰੀ ਕੀ ਹੁੰਦਾ, ਆਪਾਂ 500,000 ਦੀ ਪਰਵਾਹ ਹੀ ਨਹੀਂ ਮਾਰਦੇ ਦੋਸਤੋ, ਕਿਰਤ ਕਮਾਈ ਹੈ, ਇਸ ਡਰਾਈਵ ਦਾ ਹਿੱਸਾ ਬਣੋ। ਜਿੱਥੇ ਕਰਪਟ ਅਤੇ ਬੇਈਮਾਨ ਆ, ਮੈਨੂੰ ਕਿਰਪਾ ਕਰਕੇ ਦੱਸ ਦਿਓ, ਇਹਨਾਂ ਵਿਰੁੱਧ ਕਾਰਵਾਈ ਕਰਾਉਣ ਦੀ ਗਰੰਟੀ ਜ਼ਿੰਮੇਵਾਰੀ ਨਹੀਂ। ਮੈਂ ਇਲੈਕਸ਼ਨ ਤੋਂ ਵੀ ਇੰਪੋਰਟੈਂਟ ਆ ਮੇਰੀਆਂ, ਮੈਂ ਦੱਸ ਕੇ ਹਟਿਆ, 2 ਵਜੇ ਮੁੱਲਾਂਪੁਰ ਦਾਖਾ ਦਫ਼ਤਰ ਦਾ ਉਦਘਾਟਨ, ਦੈਨ ਜਗਰਾਓਂ ਮੀਟਿੰਗ ਨੇ, ਬਟ ਇਹ ਉਹਦੇ ਤੋਂ ਇੰਪੋਰਟੈਂਟ ਹੈਗਾ। ਮੈਂ ਸਾਰੇ ਪ੍ਰੋਗਰਾਮ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਮੈਂ ਥੋੜ੍ਹਾ ਲੇਟ ਆਊਂਗਾ, ਕਿਉਂਕਿ ਆਹ ਤਾਂ ਕੰਮ ਜਿਹੜਾ ਬੰਦ ਕਰਾਉਣਾ, ਇਹ ਸਭ ਤੋਂ ਵੱਡੀ ਪਾਰਟ ਆਫ ਡਿਊਟੀ ਲੈਜਿਸਲੇਚਰ, ਮੈਨੂੰ ਲੋਕਾਂ ਨੇ MLA ਬਣਾਇਆ, ਮੇਰੀ ਡਿਊਟੀ ਦਾ ਹਿੱਸਾ ਹੈਗਾ। ਥੈਂਕ ਯੂ।
ਉੱਥੇ ਹੀ ਫੈਕਟਰੀ ਦੇ ਮਾਲਕ ਜਗਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਫੈਕਟਰੀ ਦਾ ਨਕਸ਼ਾ ਅਪਲਾਈ ਕੀਤਾ ਸੀ ਜਿਸ ਲਈ ਉਸ ਤੋਂ ਰਿਸ਼ਵਤ ਮੰਗੀ ਗਈ ਸੀ। ਸਰ ਕੀ ਮਾਮਲਾ ਸੀਗਾ? ਸਰ ਮੈਂ ਆਪਣੀ ਫੈਕਟਰੀ ਦਾ ਗਣਪਤੀ ਇਨਕਲੇਵ ਦੇ ਵਿੱਚ ਜੀ ਆਰ ਪਾਵਾ ਦੇ ਨਾਂ 'ਤੇ ਲਾਇਸੈਂਸ ਅਪਲਾਈ ਕੀਤਾ ਸੀਗਾ। 3 ਤੋਂ 4 ਮਹੀਨੇ ਹੋ ਗਏ, ਇੰਨੀ ਖੱਜਲ ਖੁਆਰੀ ਹੋ ਰਹੀ ਸੀ। 3 ਵਾਰੀ ਮੈਂ ਚੰਡੀਗੜ੍ਹ ਜਾ ਕੇ ਆਇਆ, ਭਰਾ ਮੇਰਾ ਨਾਲ ਹੁੰਦਾ ਸੀਗਾ। ਉਹਨਾਂ ਨੇ ਇੰਨੀ ਖੱਜਲ ਖੁਆਰੀ ਹੋਣ ਤੋਂ ਬਾਅਦ, ਯਾਨੀ ਕਿ ਵੀ ਉਹਨਾਂ ਨੇ ਸਾਫ਼ ਸਿੱਧੇ ਤੌਰ 'ਤੇ ਸਾਡੇ ਤੋਂ ਪੈਸੇ ਮੰਗੇ ਕੰਮ ਕਰਨ ਵਾਸਤੇ। ਸਾਰਾ ਕੰਮ ਹੋ ਚੁੱਕਾ ਸੀ, ਨਕਸ਼ਾ ਪਾਸ ਕਰਨ ਵਾਸਤੇ 35,000 ਰੁਪਇਆ ਮੰਗਿਆ, ਜਿਹਦੀ 25,000 ਵਿੱਚ ਸਾਡੀ ਉਹਨਾਂ ਨਾਲ ਗੱਲ ਪੂਰੀ ਹੋਈ। ਸੋ ਇਹ ਬੇਰੀ ਸਾਹਿਬ ਆਏ ਸੀਗੇ ਜੀ, ਇੱਥੇ MP ਬੇਰੀ ਜੀ, ਫੈਕਟਰੀ ਡਾਇਰੈਕਟਰ ਨੇ ਜੀ। ਆ ਨਕਸ਼ਾ ਆਪ ਡਿਲੀਵਰ ਕਰਨ ਲਈ ਸਾਨੂੰ ਆਪ ਉਹਨਾਂ ਨੇ ਸ਼ੈਵਰਨ ਹੋਟਲ ਲੁਧਿਆਣੇ ਬੁਲਾਇਆ, ਸਾਨੂੰ ਇੱਥੇ ਆ ਕੇ ਉਹਨਾਂ ਨੇ ਆਪ ਨਕਸ਼ਾ ਡਿਲੀਵਰ ਕੀਤਾ, ਨਾਲੇ ਸਾਡੇ ਤੋਂ 25,000 ਰੁਪਇਆ ਲਿਆ ਉਹ, ਜਿਨ੍ਹਾਂ ਦੀ ਅਸੀਂ ਪਹਿਲਾਂ ਫੋਟੋ ਸਟੇਟ ਵੀ ਨਾਲ ਅਸੀਂ ਦੇ ਚੁੱਕੇ ਉਹਨਾਂ ਦੀ, ਆਉਂਦੇ ਹੀ ਸਾਰੀ ਵੀਡੀਓ ਵੀ ਬਣ ਗਈ ਆ, ਸਾਰਾ ਉਹਨਾਂ ਨੂੰ ਜੋ ਦੱਸਿਆ ਗਿਆ ਉਹ ਬੈਨ ਸਾਹਿਬ ਤੁਹਾਨੂੰ ਚੰਗੀ ਤਰ੍ਹਾਂ ਪਹਿਲਾਂ ਦੱਸ ਹੀ ਗਏ ਨੇ ਜੀ। ਹੁਣ ਕੀ ਮੰਗ ਕਰਦੇ ਹੋ? ਮੰਗ ਅਸੀਂ ਚਾਹੁੰਦੇ ਹਾਂ ਕਿ ਵੀ ਕਰਪਸ਼ਨ ਨੂੰ ਨੱਥ ਪਾਈ ਜਾਵੇ, ਇੱਦਾਂ ਦੇ ਭ੍ਰਿਸ਼ਟ ਅਫਸਰਾਂ ਨੂੰ ਫੜਿਆ ਜਾਵੇ, ਤਾਂ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ। ਜਗਦੀਪ ਸਿੰਘ ਜੀ। ਹਾਲਾਂਕਿ ਦੂਸਰੇ ਪਾਸੇ ਆਰੋਪੀ ਅਧਿਕਾਰੀ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਿਕਾਲਿਆ। ਪਰ ਸਾਰੇ ਤੁਹਾਡੇ ਤੇ ਐਲੀਗੇਸ਼ਨ ਲਾਈ ਜਾਂਦੇ ਆ, ਜੋ ਮਰਜ਼ੀ ਲਾਈਏ। ਮੈਂ ਤੇ ਇੱਧਰ ਹੀ ਆਇਆ। ਤੂੰ ਜਾਓ ਮਣਾ ਕੇ। ਇੱਕ ਪਾਸੇ ਦਾ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਜੋ ਰੋਜ਼ਗਾਰ ਲਈ ਥਾਂ ਥਾਂ ਤੇ ਠੋਕਰਾਂ ਖਾ ਰਹੀ ਹੈ, ਤੇ ਦੂਸਰੇ ਪਾਸੇ ਅਜਿਹੇ ਰਿਸ਼ਵਤਖੋਰੀ ਜੋ ਕਿ ਆਪਣੇ ਤਨਖਾਹਾਂ ਨਾਲ ਵੀ ਨਹੀਂ ਰੱਜਦੇ ਤੇ ਲੋਕਾਂ ਤੋਂ ਰਿਸ਼ਵਤ ਲੈਂਦੇ ਨੇ। ਲੁਧਿਆਣਾ ਤੋਂ ਅਨੁਪਮ ਮਹਿੰਦਰੋ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ ਟੂ ਬੀ ਪੰਜਾਬੀ।